ਗੱਜ ਗਿਜ ਕਰ ਜਾਵੇ, ਨਿਹਾਲ ਹੋ ਜਾਵੇ, ਗੁਰੂ ਕਲਗੀਧਰ ਪਾਤਸ਼ਾਹ ਦੇ ਮਨ ਨੂੰ ਭਾਵੇ, ਸਤਿ ਸ਼੍ਰੀ ਅਕਾਲ। ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਅਤੇ ਕਮੈਂਟ ਵੀ ਕਰਿਓ। ਸੰਗਤ ਜੀ, ਅੱਜ ਇੱਕ ਖਾਸ ਬੇਨਤੀ ਆਪ ਜੀ ਨਾਲ ਜੋ ਸਾਂਝੀ ਕਰਨੀ ਹੈ। ਗੁਰਮੁਖੋ, ਗੁਰਦੁਆਰਾ ਸਾਹਿਬ ਵਿੱਚ ਇੱਕ ਸਿੱਖ ਨੂੰ ਕਿਵੇਂ ਲੈ ਕੇ ਗਏ ਨੇ ਯਮਦੂਤ ਅਤੇ ਕਿਸ ਤਰ੍ਹਾਂ ਉਹ ਸਿੱਖ ਨੇ ਆਪਣੇ ਸਰੀਰ ਨੂੰ ਛੱਡਿਆ, ਅਤੇ ਇਹ ਸਾਰੀ ਪੂਰੀ ਵਾਰਤਾਲਾਪ ਅੱਜ ਆਪ ਜੀ ਨਾਲ ਸਾਂਝੀ ਕਰਨੀ ਹੈ। ਸੱਚੀ ਘਟਨਾ ਹੈ, ਸੱਚੀ ਵਾਰਤਾ ਹੈ, ਪਾਤਸ਼ਾਹ ਮਿਹਰਾਂ ਕਰਨ ਆਪਾਂ ਸਾਂਝਾਂ ਪਾਈਏ ਅਤੇ ਸਤਿਗੁਰੂ ਕਿਰਪਾ ਕਰਨ, ਫਤਿਹ ਬੁਲਾਓ, ਆਪਾਂ ਆਰੰਭਤਾ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜੋ ਸ਼ਕਤੀ ਗੁਰੂ ਕਲਗੀਧਰ ਪਾਤਸ਼ਾਹ ਦੇ ਵਿੱਚ ਹੈ ਨਾ, ਜੋ ਤਾਕਤ ਮੇਰੇ ਪਾਤਸ਼ਾਹ ਦੇ ਵਿੱਚ ਹੈ, ਅਤੇ ਗੁਰਮੁਖੋ ਉਹ ਸਮਰੱਥਾ ਅਤੇ ਉਹ ਤਾਕਤ ਆਪਣੇ ਖਾਲਸੇ ਨੂੰ ਵੀ ਮੇਰੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਪਿਆਰਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਸਮੇਤ ਸੱਚ ਖੰਡ ਨੂੰ ਗਏ ਨੇ, ਅਤੇ ਪਿਆਰਿਓ ਚੰਦਨ ਦੀ ਚਿਖਾ ਦੇ ਵਿੱਚ ਮੇਰੇ ਪਾਤਸ਼ਾਹ ਆਪਣੇ ਸਰੀਰ ਨੂੰ ਲੈ ਕੇ ਜਾਂਦੇ ਨੇ। ਸਾਰਾ ਪ੍ਰਸੰਗ ਤੁਸਾਂ ਨੇ ਸੁਣਿਆ ਹੈ, ਪਰ ਛੋਟੀ ਜਿਹੀ ਬੇਨਤੀ ਕਰਨੀ ਹੈ। ਚੰਦਨ ਦੀ ਚਿਖਾ ਚਣਾਈ, ਸੱਚ ਖੰਡ ਸਮੇਤ ਮੇਰੇ ਪਾਤਸ਼ਾਹ ਜਿਹੜੇ ਨੇ ਚਲੇ ਜਾਂਦੇ ਨੇ ਘੋੜੇ ਸਮੇਤ, ਅਤੇ ਗੁਰਮੁਖੋ ਉਸ ਤੋਂ ਬਾਅਦ ਚੰਦਨ ਦੀ ਚਿਖਾ ਜਿਹੜੀ ਹੈ ਸਜਾਈ ਗਈ ਸੀ, ਉਹਦੀ ਰਾਖ ਨੂੰ ਪਰੋਲਿਆ ਗਿਆ, ਅਤੇ ਇੱਕ ਛੋਟੀ ਕਿਰਪਾਨ ਸ਼੍ਰੀ ਸਾਹਿਬ ਨਿੱਕੀ ਜੀ ਮਿਲੀ ਮੇਰੇ ਪਾਤਸ਼ਾਹ ਦੇ ਉਸ ਅੰਗੀਠੇ ਦੇ ਵਿੱਚੋਂ। ਅਤੇ ਗੁਰਮੁਖੋ ਜਿਹੜੀ ਤਾਕਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਪਾਸ ਰੱਖੀ ਹੈ, ਅਤੇ ਆਪਣੇ ਖਾਲਸੇ ਨੂੰ ਵੀ ਉਹ ਤਾਕਤ ਦਿੱਤੀ ਹੈ, ਪਿਆਰਿਓ ਇੱਕ ਇਹੋ ਜਿਹੀ ਘਟਨਾ ਮੈਂ ਆਪ ਜੀ ਨਾਲ ਸਾਂਝੀ ਕਰਨੀ ਹੈ। ਗੁਰੂ ਪਿਆਰਿਓ, ਜਿਹੜੀ ਘਟਨਾ ਆਪ ਜੀ ਨਾਲ ਸਾਂਝੀ ਕਰਨੀ ਹੈ, ਇਹ ਘਟਨਾ 1970 ਦੀ ਹੈ, ਸ਼੍ਰੋਮਣੀ ਕਮੇਟੀ ਦੇ ਮਾਸਕ ਪੱਤਰ ਵਿੱਚ ਵੀ ਛਪੀ ਹੋਈ ਹੈ ਇਹ ਘਟਨਾ। 1970 ਦੀਆਂ ਹੈੱਡਲਾਈਨਾਂ ਖੋਲ੍ਹ ਲਿਓ, ਤੁਹਾਨੂੰ ਸਾਫ ਸਾਫ ਉਹਦੇ ਵਿੱਚ ਮਿਲੇਗਾ। ਅਤੇ ਪਿਆਰਿਓ, ਬਾਬਾ ਸਾਧੂ ਸਿੰਘ ਨਿਹੰਗ ਸਿੰਘ ਜਿਹੜੇ ਹੋਏ ਨੇ, ਬਾਬਾ ਸਾਧੂ ਸਿੰਘ ਨਿਹੰਗ ਸਿੰਘ ਸੀ, ਸੀਸ 'ਤੇ ਫਰਲਾ ਸਜਾਇਆ ਕਰਦੇ ਸੀ, ਬਾਣੇ ਵਿੱਚ ਪਰਪੱਕ ਸੀ, ਪੂਰੇ ਤਿਆਰ ਵਰ ਤਿਆਰ ਰਹਿਣ ਵਾਲੇ, ਪੂਰੀ ਸਿੱਖੀ ਨੂੰ ਧਾਰਨ ਕਰਨ ਵਾਲੇ, ਪ੍ਰੋਪਰਲੀ ਗੁਰੂ ਪਾਤਸ਼ਾਹ ਦੀ ਸਿੱਖਿਆ 'ਤੇ ਤੁਰਨ ਵਾਲੇ ਬਾਬਾ ਸਾਧੂ ਸਿੰਘ ਜੀ। ਗੁਰੂ ਪਿਆਰਿਓ, ਉਹਨਾਂ ਦੀ ਵਾਰਤਾਲਾਪ ਆਪ ਜੀ ਨਾਲ ਸਾਂਝੀ ਕਰਨ ਜਾਂਦੇ ਹਾਂ। ਗੁਰੂ ਪਿਆਰਿਓ, ਬਾਬਾ ਜੀ ਗੁਰਦੁਆਰਾ ਸਾਹਿਬ ਰਹਿੰਦੇ ਸੀ, ਗ੍ਰੰਥੀ ਸਿੰਘ ਦੀ ਡਿਊਟੀ ਕਰਦੇ ਸੀ, ਅਤੇ ਬਾਣੇ ਅਤੇ ਬਾਣੀ ਦੇ ਪੂਰੇ ਧਾਰਨੀ ਸੀ, ਪਰਪੱਕਤਾ ਰੱਖਣ ਵਾਲੇ ਸੀ ਗੁਰਮੁਖੋ, ਅਤੇ ਵਿਵੇਕੀ ਸਿੰਘ ਸੀ, ਆਪਣਾ ਲੰਗਰ ਆਪ ਬਣਾ ਕੇ ਛਕਦੇ ਸੀ। ਇੱਕ ਦਿਨ ਸੰਗਤਾਂ ਨੇ ਅਰਜ਼ ਕੀਤੀ ਕਿ ਬਾਬਾ ਜੀ ਤੁਸੀਂ ਬਿਰਧ ਹੋ ਚੁੱਕੇ ਹੋ, ਤੁਹਾਡੀ ਉਮਰ ਹੋ ਚੁੱਕੀ ਹੈ, ਤੁਸੀਂ ਲੰਗਰ ਪਾਣੀ ਆਪਣਾ ਤਿਆਰ ਨਾ ਕਰਿਆ ਕਰੋ, ਅਸੀਂ ਵਿਵੇਕ ਦੇ ਨਾਲ ਤਿਆਰ ਕਰਕੇ ਤੁਹਾਡੇ ਤੱਕ ਪਹੁੰਚਾ ਦਿਆ ਕਰਾਂਗੇ। ਵਿਵੇਕ ਦਾ ਅਰਥ ਹੁੰਦਾ ਸੁਧਾਈ ਦੇ ਨਾਲ ਗੁਰਬਾਣੀ ਪੜ੍ਹ ਕੇ, ਅਤੇ ਬਾਬਾ ਜੀ ਰਾਜ਼ੀ ਹੋ ਗਏ। ਗੁਰਦੁਆਰੇ ਦਾ ਜਿਹੜਾ ਪ੍ਰਧਾਨ ਸੀ ਉਹਨੇ ਜ਼ਿੰਮੇਵਾਰੀ ਉੱਟੀ, ਕਹਿੰਦਾ ਬਾਬਾ ਜੀ ਪ੍ਰਸ਼ਾਦਾ ਮੈਂ ਆਪਣੇ ਘਰੋਂ ਤਿਆਰ ਕਰਵਾ ਕੇ ਘੱਲਿਆ ਕਰਾਂਗਾ, ਮੇਰਾ ਬੇਟਾ ਹੈ, ਪ੍ਰਸ਼ਾਦਾ ਫੜਾ ਜਿਆ ਕਰੇਗਾ ਤੁਹਾਨੂੰ, ਅਤੇ ਤੁਸੀਂ ਆਪਣਾ ਮਸਤੀ ਵਿੱਚ ਰਹੋ, ਪਾਠ ਕਰੋ, ਬਾਣੀ ਪੜ੍ਹੋ, ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਰੋਕ ਟੋਕ ਨਹੀਂ ਹੈ। ਗੁਰਮੁਖੋ, ਬਾਬਾ ਜੀ ਹਮੇਸ਼ਾ ਮਜ਼ਾਕ ਕਰਦੇ ਰਹਿੰਦੇ ਸੀ, ਜਦੋਂ ਵੀ ਕੋਈ ਸੰਗਤ ਨੇ ਆਉਣਾ, ਪ੍ਰਧਾਨ ਜੀ ਨੇ ਆਉਣਾ, ਤਾਂ ਕਹਿੰਦੇ ਰਹਿਣਾ ਕਿ ਮੈਂ ਤੁਹਾਡੀਆਂ ਲੱਕੜਾਂ ਖਰਾਬ ਨਹੀਂ ਕਰਨੀਆਂ,
ਤੁਹਾਡੀ ਸਮੱਗਰੀ ਨਹੀਂ ਖਰਾਬ ਕਰਨੀ। ਮੈਂ ਜਿੱਦਣ ਜਾਣਾ ਨਾ ਇੱਦਾਂ ਹੀ ਚਲੇ ਜਾਣਾ, ਅਕਾਲ ਪੁਰਖ ਦੇ ਬਾਣੀ ਵਿੱਚ ਚਲੇ ਜਾਣਾ, ਮੈਂ ਕਿਸੇ ਪ੍ਰਕਾਰ ਦਾ ਤੁਹਾਡਾ ਖਰਚਾ ਨਹੀਂ ਕਰਾਉਣਾ ਚਾਹੁੰਦਾ। ਪ੍ਰਧਾਨ ਜੀ ਗੱਲ ਨੂੰ ਸੰਜੀਦਗੀ ਨਾਲ ਨਾ ਲੈਂਦੇ, ਉਹਨਾਂ ਨੇ ਸੋਚਣਾ ਵੀ ਬੁੱਢੇ ਹੋ ਚੁੱਕੇ ਨੇ, ਉਮਰ ਹੋ ਚੁੱਕੀ ਹੈ, ਐਵੇਂ ਬੋਲਦੇ ਰਹਿੰਦੇ ਨੇ। ਹੁਣ ਦੱਸਿਆ ਜਾਂਦਾ ਉਸ ਪੱਤਰ ਵਿੱਚ ਲਿਖਿਆ ਗਿਆ ਬਕਾਇਦਾ ਕਿ ਉਸ ਦਿਨ ਤੋਂ ਬਾਅਦ ਬਾਬਾ ਜੀ ਦੇ ਜਿਉਣ ਦੇ ਢੰਗ ਤਰੀਕੇ ਵੀ ਬਦਲ ਗਏ ਸੀ। ਬਿਨਾਂ ਗੱਲ ਤੋਂ ਜਕਾਰੇ ਛੱਡਦੇ ਰਹਿਣਾ, ਫਤਿਹ ਬੁਲਾਉਣਾ, ਉੱਚੀ ਉੱਚੀ ਬੋਲ ਕੇ ਜਕਾਰੇ ਛੱਡਣੇ। ਜਦੋਂ ਕੋਈ ਸਿੰਘ ਨੂੰ ਸਿੰਘ ਮਿਲਦਾ, ਆਗੇ ਆਵਤ ਸਿੰਘ ਚੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਜਦੋਂ ਕੋਈ ਸਿੰਘ ਨੂੰ ਸਿੰਘ ਮਿਲਦਾ ਨਾ ਤਾਂ ਪੂਰਾ ਬਾਣੀ ਅਤੇ ਬਾਣੇ ਦਾ ਧਾਰਨੀ ਉਹ ਫਤਿਹ ਵੀ ਬੁਲਾਉਂਦੇ ਨੇ ਅਤੇ ਜਕਾਰਾ ਵੀ ਛੱਡਦੇ ਨੇ। ਇਹ ਪੁਰਾਤਨ ਮਰਜ਼ਾਦਾ ਹੈ ਅਤੇ ਗੁਰਮੁਖੋ ਬਾਬਾ ਸਾਧੂ ਸਿੰਘ ਜੀ ਦਾ ਜਿਉਣ ਦਾ ਤਰੀਕਾ ਵੀ ਇਹੋ ਜਿਹਾ ਹੋ ਗਿਆ ਸੀ। ਬਾਬਾ ਸਾਧੂ ਸਿੰਘ ਪੂਰੇ ਨਿਹੰਗ ਸਿੰਘ ਬਾਣੇ ਵਿੱਚ ਤਿਆਰ ਵਰ ਤਿਆਰ। ਉਸ ਤੋਂ ਬਾਅਦ ਬਾਬਾ ਜੀ ਆਪਣੇ ਵੱਲੋਂ ਬਚਨ ਕਹਿੰਦੇ ਰਹਿੰਦੇ, ਮੈਂ ਚਲੇ ਜਾਣਾ ਹੈ, ਤੁਹਾਡਾ ਖਰਚਾ ਨਹੀਂ ਕਰਾਉਣਾ। ਪਰ ਪ੍ਰਧਾਨ ਜੀ ਨੇ ਗੱਲ ਨੂੰ ਸੰਜੀਦਗੀ ਨਾਲ ਨਾ ਲਿਆ। ਇੱਕ ਦਿਨ ਕੀ ਹੋਇਆ, ਵਾਹਿਗੁਰੂ ਦਾ ਬੁਲਾਵਾ ਆਇਆ ਅਤੇ ਬਾਬਾ ਸਾਧੂ ਸਿੰਘ ਜੀ ਦੁਕਾਨ 'ਤੇ ਚਲੇ ਗਏ, ਇੱਕ ਬਾਣੀਏ ਕੋਲ ਚਲੇ ਗਏ। ਉਹਨੂੰ ਕਹਿੰਦੇ ਭਾਈ ਅੱਧਾ ਕਿਲੋ ਆਟਾ ਤੋਲ ਦੇ, ਅੱਧਾ ਕਿਲੋ ਆਟਾ ਹੀ ਚਾਹੀਦਾ। ਉਹਨੇ ਆਟਾ ਤੋਲ ਦਿੱਤਾ, ਕਹਿੰਦਾ ਬਾਬਾ ਜੀ ਲਓ। ਕਹਿੰਦੇ ਭਾਈ, ਬਾਬਾ ਸਾਧੂ ਸਿੰਘ ਜੀ ਬੋਲੇ ਨੇ, ਬਸ ਇੰਨਾ ਹੀ ਆਟਾ ਮੇਰਾ ਸੰਸਾਰ 'ਤੇ ਬਚਿਆ ਸੀ, ਇਹਦਾ ਅੰਨ ਪਾਣੀ ਬਣਾ ਕੇ ਛਕ ਲੈਣਾ, ਇਦੋਂ ਬਾਅਦ ਆਪਾਂ ਮਿਲਣਾ ਕੋ ਨਹੀਂ, ਮੈਂ ਚਲੇ ਜਾਣਾ ਸੰਸਾਰ ਤੋਂ। ਖੈਰ ਉਹ ਲਾਲਾ ਵੀ ਨਾ ਸਮਝ ਪਾਇਆ, ਕਹਿੰਦਾ ਬਾਬਾ ਜੀ ਕਿੱਥੇ ਜਾਣਾ, ਤੁਸੀਂ ਵੀ ਇੱਥੇ ਹੀ ਹੋ, ਮੈਂ ਵੀ ਇੱਥੇ ਹੀ ਹੋ। ਉਹ ਰਮਜ ਨੂੰ ਨਹੀਂ ਸਮਝ ਪਾਇਆ, ਰਮਜ ਪਿੱਛੇ ਜੋ ਰਹੱਸ ਸੀ ਉਹਨੂੰ ਅਣਗੌਲਿਆਂ ਕਰ ਦਿੱਤਾ, ਸਮਝ ਨਹੀਂ ਪਾਇਆ ਦਰਅਸਲ ਗੱਲ ਕੀ ਹੋਈ। ਅਤੇ ਗੁਰਮੁਖੋ ਉਸ ਤੋਂ ਬਾਅਦ ਕੀ ਹੁੰਦਾ, ਅਤੇ ਬਾਬਾ ਜੀ ਬੈਠ ਜਾਂਦੇ ਨੇ, ਪ੍ਰਧਾਨ ਜੀ ਦਾ ਲੜਕਾ ਘਰੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਲੈ ਕੇ ਆਉਂਦਾ। ਸੁਬਾਹ ਦਾ ਟਾਈਮ ਹੈ, ਬਾਬਾ ਜੀ ਨੇ ਇੱਕ ਸੁਖਮਨੀ ਸਾਹਿਬ ਦਾ ਪਾਠ ਕੀਤਾ, ਪ੍ਰਧਾਨ ਜੀ ਦਾ ਲੜਕਾ ਆਇਆ ਅਤੇ ਕਹਿੰਦਾ ਬਾਬਾ ਜੀ ਪ੍ਰਸ਼ਾਦਾ ਛਕ ਲਓ ਅਤੇ ਮੈਂ ਬਰਤਨ ਵਾਪਸ ਲੈ ਜਾਵਾਂਗਾ, ਮੈਂ ਸਕੂਲੇ ਜਾਣਾ, ਮੈਂ ਤਿਆਰ ਹੋ ਕੇ ਆਇਆ, ਜਾਂਦਾ ਹੋਇਆ ਘਰ ਬਰਤਨ ਫੜਾ ਜਾਵਾਂਗਾ। ਬਾਬਾ ਜੀ ਕਹਿੰਦੇ ਠੀਕ ਹੈ, ਪ੍ਰਸ਼ਾਦਾ ਨਹੀਂ ਛਕਿਆ, ਜਿੱਥੇ ਹੈ ਉੱਥੇ ਹੀ ਪਿਆ। ਅਤੇ ਉਸ ਤੋਂ ਬਾਅਦ ਆਟਾ ਪਿਆ ਸੀ ਜਿਹੜਾ ਅੱਧਾ ਕਿਲੋ ਲੈ ਕੇ ਆਏ, ਉਹ ਵੀ ਉੱਥੇ ਹੀ ਪਿਆ, ਅੰਮ੍ਰਿਤ ਵੇਲਾ, ਅਤੇ ਗੁਰਮੁਖੋ ਧਿਆਨ ਰੱਖਿਆ ਜੇ। ਉਸ ਤੋਂ ਬਾਅਦ ਇੱਕ ਅਨੋਖੀ ਕਲਾ ਵਰਤੀ, ਬਾਬਾ ਸਾਧੂ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਿਆ ਹੋਇਆ ਅਤੇ ਅਰਦਾਸ ਕੀਤੀ, ਅਤੇ ਉੱਧਰੋਂ ਪ੍ਰਧਾਨ ਜੀ ਦਾ ਲੜਕਾ ਆਇਆ, ਕੀ ਵੇਖਿਆ ਕਿ ਬਾਬਾ ਜੀ ਦੀ ਧੁੰਨੀ ਦੇ ਵਿੱਚੋਂ ਲਾਟਾਂ ਨਿਕਲ ਰਹੀਆਂ ਨੇ, ਸਰੀਰ ਜਿਹੜਾ ਅੱਗ ਦੇ ਵਿੱਚ ਭਸਮ ਹੋ ਰਿਹਾ, ਮੱਚ ਰਿਹਾ, ਬਲ ਰਿਹਾ। ਅਤੇ ਉਹ ਲੜਕਾ ਬੱਚਾ ਸੀ, ਘਬਰਾ ਗਿਆ ਛੋਟਾ ਜਿਹਾ, ਉਹ ਲੈਣ ਦੇ ਬਰਤਨ ਆਇਆ ਸੀ, ਪਰ ਜਦੋਂ ਬਾਬਾ ਜੀ ਦਾ ਸਰੀਰ ਅਗਨ ਭੇਟ ਹੁੰਦਾ ਹੋਇਆ ਵੇਖਿਆ, ਘਬਰਾ ਗਿਆ, ਹਾਏ ਕੀਤੀ ਅਤੇ ਲੋਕਾਂ ਨੂੰ ਇਕੱਠੇ ਕੀਤਾ, ਇਕੱਠ ਹੋ ਗਿਆ। ਉਸ ਮਾਸਕ ਪੱਤਰ ਵਿੱਚ ਛਪਿਆ, ਕਹਿੰਦੇ ਇੱਕ ਘੰਟੇ ਵਿੱਚ 1,00,000 ਬੰਦਾ ਉੱਥੇ ਇਕੱਠਾ ਹੋ ਗਿਆ, ਗੁਰਦੁਆਰਾ ਸੰਘਣੀ ਆਬਾਦੀ ਦੇ ਵਿੱਚ ਛੁਪਿਆ ਹੋਇਆ ਸੀ। ਅਤੇ ਗੁਰਮੁਖੋ ਕੀ ਹੁੰਦਾ, ਅਤੇ ਜਦੋਂ ਇਕੱਠੇ ਹੋ ਗਏ ਨਾ ਲੋਕ, ਪ੍ਰਸ਼ਾਸਨ ਵੀ ਆ ਗਿਆ, DC ਵੀ ਆ ਗਿਆ ਸ਼ਹਿਰ ਦਾ, ਅਤੇ ਆਣ ਕੇ ਵੇਖਿਆ, ਅਤੇ ਜਦੋਂ ਬਾਬਾ ਜੀ ਦਾ ਸਰੀਰ ਮੱਚ ਰਿਹਾ, ਲਟਾ ਲਟ ਮੱਚ ਰਿਹਾ, ਅੱਗ ਮੱਚ ਰਹੀ ਸੀ, DC ਕਹਿੰਦਾ ਪਾਣੀ ਪਾਓ, ਅੱਗ ਬੁਝਾਓ, ਜਲਦੀ ਕਰੋ, ਪਰ ਕੁਝ ਸਿਆਣੇ ਸੱਜਣਾ ਨੇ ਕਿਹਾ ਨਹੀਂ, ਅੱਗ ਨਹੀਂ ਬੁਝਾਉਣੀ, ਵੇਖੋ ਬਾਬਾ ਜੀ ਦਾ ਸਰੀਰ ਇਕੱਲਾ ਅਗਨ ਭੇਟ ਹੈ, ਅਗਨ ਮੱਚ ਰਹੀ ਹੈ, ਪਰ ਦੇਖੋ ਜਿਸ ਦਰੀ ਦੇ ਉੱਪਰ ਬੈਠੇ ਹੋਏ ਨੇ ਉਹ ਦਰੀ ਨੂੰ ਅੱਗ ਨੇ ਛੂਹਿਆ ਵੀ ਨਹੀਂ ਹੈ।
ਦਰਅਸਲ ਬਾਬਾ ਜੀ ਦਾ ਸਰੀਰ ਪੂਰਾ ਅਗਨ ਭੇਟ ਹੋਇਆ ਅਤੇ ਉਸ ਤੋਂ ਬਾਅਦ ਇੱਕ ਪੈਰ ਜਿਹੜਾ ਸੀ ਬਾਬਾ ਜੀ ਦਾ ਬਚ ਗਿਆ ਸੀ। ਮੰਨਿਆ ਜਾਂਦਾ ਕਿ ਅਗਨ ਭੇਟ ਤੋਂ ਪਹਿਲਾਂ ਇੱਕ ਮਾਤਾ ਨੇ ਉਹਨਾਂ ਦਾ ਸਰੀਰ ਸੀ ਜਿਹੜਾ ਇੱਕ ਪੈਰ ਸੀ ਉਹਨੂੰ ਛੂ ਲਿਆ ਸੀ ਅਤੇ ਪੂਰਾ ਸਰੀਰ ਅਗਨ ਭੇਟ ਹੋ ਕੇ ਚਲਿਆ ਗਿਆ, ਪਰ ਇੱਕ ਪੈਰ ਜਿਹੜਾ ਸੀ ਬਾਬਾ ਜੀ ਦਾ ਬਚ ਗਿਆ। ਉਸ ਤੋਂ ਬਾਅਦ ਡੀਸੀ ਸ਼ਹਿਰ ਦਾ ਬੋਲਦਾ, ਇਸ ਸਵਾਹ ਦਾ ਨਿਰੀਖਣ ਕਰਾਂਗੇ, ਦੇਖਾਂਗੇ ਅੱਗ ਕਿਸ ਤਰ੍ਹਾਂ ਲੱਗੀ। ਪਰ ਜਦੋਂ ਕੋਲੇ ਗਿਆ ਨਾ, ਜਿਸ ਪ੍ਰਕਾਰ ਜਿੱਥੇ ਬਾਬਾ ਜੀ ਦਾ ਮੁੱਖ ਸੀ ਉਸ ਸਵਾਹ ਦੇ ਵਿੱਚੋਂ ਇਹੋ ਜਿਹੀ ਲਾਟ ਨਿਕਲੀ, ਡੀਸੀ ਡਰ ਗਿਆ। ਕਹਿੰਦਾ ਇਹ ਬਾਬਾ ਜੀ ਦੀ ਕੋਈ ਆਤਮਕ ਸ਼ਕਤੀ ਹੈ, ਅਸੀਂ ਇਹਦਾ ਕੋਈ ਨਿਰੀਖਣ ਨਹੀਂ ਕਰਾਂਗੇ। ਸਿੱਖ ਸੰਗਤਾਂ ਜੋ ਵੀ ਕਰਨਾ ਕਰ ਸਕਦੀਆਂ ਨੇ। ਪੂਰੀ ਮਰਜ਼ਾਦਾ ਸਹਿਤ ਇਹ ਜਿਹੜਾ ਪੈਰ ਬਚਿਆ ਹੋਇਆ ਬਾਬਾ ਜੀ ਦਾ, ਇਹਦਾ ਸੰਸਕਾਰ ਕੀਤਾ ਜਾ ਸਕਦਾ। ਮਾਸਕ ਪੱਤਰ ਵਿੱਚ ਲਿਖਿਆ 1970 ਦੀ ਇਹ ਸੱਚੀ ਖਬਰ ਹੈ, ਤੁਸੀਂ ਸਰਚ ਵੀ ਮਾਰ ਸਕਦੇ ਹੋ ਅਤੇ ਮਾਸਕ ਪੱਤਰ 1970 ਦਾ ਸ਼੍ਰੋਮਣੀ ਕਮੇਟੀ ਦਾ ਲੈ ਕੇ ਤੁਸੀਂ ਪੜ੍ਹ ਵੀ ਸਕਦੇ ਹੋ, ਜਿਸ ਵਿੱਚ ਤੁਹਾਨੂੰ ਸਾਫ ਜਿਹੜਾ ਲਿਖਿਆ ਹੋਇਆ ਇਹ ਮਿਲ ਸਕਦਾ ਹੈ। ਜਿਸ ਤੋਂ ਬਾਅਦ ਬਾਬਾ ਜੀ ਦਾ ਇੱਕ ਪੈਰ ਜਿਹੜਾ ਸੀ ਉਹ ਪੂਰੀ ਮਰਜ਼ਾਦਾ ਦੇ ਸਹਿਤ ਉਹਦਾ ਸੰਸਕਾਰ ਕੀਤਾ ਗਿਆ। ਮੰਨਿਆ ਜਾਂਦਾ ਆਲੇ ਦੁਆਲੇ ਪੂਰੀ ਚੰਦਨ ਦੀ ਜਿਹੜੀ ਵਾਸ਼ਨਾ ਸੀ ਉਹ ਆਉਂਦੀ ਰਹੀ, ਚਾਰੇ ਪਾਸੇ ਚੰਦਨ ਦੀਆਂ ਲਫਟਾਂ ਆ ਰਹੀਆਂ ਸੀ। ਜਿਸ ਤੋਂ ਬਾਅਦ ਸਿੱਖ ਸੰਗਤਾਂ ਨੇ ਪੂਰੀ ਮਰਜ਼ਾਦਾ ਦੇ ਸਹਿਤ ਬਾਬਾ ਜੀ ਦੇ ਚਰਨ ਦਾ ਅੰਤਿਮ ਸੰਸਕਾਰ ਕੀਤਾ। ਅਤੇ ਗੁਰਮੁਖੋ, ਇੱਥੇ ਇੱਕ ਬੇਨਤੀ ਜਿਹੜੀ ਹੈ ਖਾਸ ਤੌਰ 'ਤੇ ਸਮਝਣੀ ਹੈ ਕਿ ਪਿਆਰਿਓ, ਜੋ ਸ਼ਕਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਿੱਚ ਸੀ ਉਹ ਸ਼ਕਤੀ ਉਹਨਾਂ ਨੇ ਆਪਣੇ ਖਾਲਸੇ ਨੂੰ ਵੀ ਦਿੱਤੀ ਹੋਈ ਹੈ ਅਤੇ ਉਹ ਖਾਲਸਾ ਸ਼ਕਤੀ ਰੱਖਦਾ ਹੈ ਜੋ ਪੱਕਾ ਗੁਰੂ ਦੇ ਬਚਨਾਂ 'ਤੇ ਚੱਲਦਾ ਹੈ। ਅਤੇ ਪਿਆਰਿਓ, ਪਾਤਸ਼ਾਹ ਕਿਰਪਾ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਗਜ ਕਰੇ ਜਾਵੇ, ਨਿਹਾਲ ਹੋ ਜਾਵੇ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।